तारा हम दया तेरे नाम तारा सतगुरबान जाऊं सरबन दूजा नहीं कोई ताकी सेवा सो करे जाको नजर करे तुद बाज प्यारे के रहा सावड़ियाई दे जितना तेरे ला दूजा नहीं को जिस आके प्यारे जाए कहाँ सेवी साहब अपना अवर न जाचो कोई नाम ताका दास है बिंद बिंद चुप साहिब तेरे नाम बिटो बिंद बिंद चुप चुप हो सुन सुन मेरी कहानी पार तारा हो अमृत वाणी हर हर तेरी अमृत बाणी हर हर तेरी अमृत बाणी सुन सुन हो परम गत मेरी सुन सुन हो मैं परम गत मेरी सुन सुन हो मैं परम गत मेरी सुन सुन हो मैं परम गत मेरी गाओ सारे जलन बुझी शीतल होए मनवा सतगुर का दर्शन पाए जियो जलन ਜੋ ਜੋ ਅਸੀਂ ਵੇਖਦੇ ਹਾਂ ਨਾ ਤੇ ਮਨ ਉਹੋ ਜਿਹਾ ਮਾਹੌਲ ਅੰਦਰ ਬਣਦਾ ਇੱਕ ਵਾਰੀ ਗਾਓ ਸਾਰੇ ਮਹਾਰਾਜ ਸਾਹਿਬ ਦੀ ਚੋਲੀ ਸਿੱਖੀ ਸਿਰਕ ਨਿਤਨੇਮ ਨਾਮ ਬਾਣੀ ਨਾਮ ਪਿਆਰ ਸਭ ਤੋਂ ਵੱਡਾ ਖਜ਼ਾਨਾ ਗੱਜ ਵੱਜ ਕੇ ਇੱਕ ਵਾਰੀ ਅਸੀਂ ਇੱਕ ਵਾਰੀ
ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਚਲਨ ਬੁਝ ਸ਼ੀਤਲ ਹੋਏ ਮਨ ਸਤਗੁਰ ਦਰਸ਼ਨ ਪਾਏ ਜਿਓ ਸਮਝ ਲੈਣਾ ਉਸ ਦਿਨ ਖਾਸ ਕਿਰਪਾ ਹੋਣ ਵਾਲੀ ਹੈ।
ਜ਼ਰੂਰ ਕਦੇ ਕਰੀ। ਜਿਸ ਦਿਨ ਮਨ ਨਾ ਮੰਨੇ ਉਸ ਦਿਨ ਜ਼ਰੂਰ ਕਰੀ। ਭਗਤ ਰਵਿਦਾਸ ਜੀ ਕਹਿ ਰਹੇ ਨੇ ਕਈ ਜਨਮ ਲੰਘੇ, ਕਬੀਰ ਸਾਹਿਬ ਜੀ ਕਹਿ ਰਹੇ ਨੇ ਪੂਰਵ ਜਨਮ, ਕਈ ਜਨਮਾਂ ਵਿੱਚ ਸੇਵਕ ਬਣ ਕੇ ਸੇਵਾ ਕਰਦਿਆਂ ਕਰਦਿਆਂ ਫਿਰ ਸੋਹਣੀ ਜ਼ਰੂਰ ਗਈ, ਉਹਦੀ ਕਿਰਪਾ ਹੋ ਜਾਏ ਤੇ ਮਿੰਟਾਂ ਵਿੱਚ ਹੀ ਕੰਮ ਨਿਬੜ ਜਾਂਦਾ, ਤੇ ਬਖਸ਼ਿਸ਼ ਜੇ ਨਾ ਹੋਵੇ ਕਈ ਜਨਮ ਵੀ ਲੱਗ ਜਾਂਦੇ। ਬੜੀ ਪਿਆਰ ਭਰੀ ਅਰਦਾਸ, ਰਲ ਕੇ ਗਾਵਾਂਗੇ, ਕੋਈ ਰਸਨਾ ਖਾਲੀ ਨਹੀਂ। ਰਾਮੂ ਗੁਸਈਆ ਜੀ ਕੇ ਜੀਵਣਾ, ਰਾਮੂ ਗੁਸਈਆ ਜੀ ਕੇ ਜੀਵਣਾ, ਮੋਹੇ ਨਾ ਵਿਸਾਰਾ ਮੈਂ ਜਾਣ ਕੇ ਕਰੋ ਅਰਦਾਸ। ਮੋਹੇ ਨਾ ਵਿਸਾਰਾ ਮੈਂ ਜਾਣ ਕੇ ਜੇ ਤੂੰ ਮਿੱਤਰ ਅਸਾਡਾ
ਬਾਬਾ ਅਕਾਲ ਰੂਪ ਜਾਨ ਪਾਤੀ ਮਰਦਾ
ਗਾਓ ਗੁਰੂ ਨਾਨਕ ਦੇ ਕੀਰਤਨ ਗਾ ਕੇ ਵੀ ਲੈਣ ਤੇ ਨਾਲ ਲੈ ਕੇ ਬਾਬਾ ਨਾਨਕ ਕਿਤੇ ਭੋਰੇ ਵਿੱਚ ਨਹੀਂ ਬੈਠੇ ਜਿਨ੍ਹਾਂ ਗਲੀਆਂ ਵਿੱਚੋਂ ਜਿਨ੍ਹਾਂ ਰਸਤਿਆਂ ਵਿੱਚੋਂ ਲੰਘੇ ਬਸ ਕੀਰਤਨ ਹੀ ਨਾਲ ਇੱਕ ਮੁਸਲਮਾਨ ਤੇ ਨਾਲ ਇੱਕ ਹਿੰਦੂ ਬਾਬਾ ਨਾਨਕ ਸਾਰੀ ਜ਼ਿੰਦਗੀ ਜੋੜਨ ਦਾ ਕੰਮ ਕਰਦੇ ਹੋ ਪਰ ਅਸੀਂ ਕੀ ਕੀਰਤਨ ਗਾ ਦਿਓ ਸਾਰੇ ਕਿਸੇ ਕੌਮ ਦੀ ਏਕਤਾ ਬਣਦੇ ਅਸੀਂ ਦੱਸ ਹੀ ਨਹੀਂ ਸਕੇ ਗੁਰੂ ਨਾਨਕ ਕੌਣ ਅਸੀਂ ਦੱਸ ਹੀ ਨਹੀਂ ਸਕੇ ਖਾਲਸੇ ਦਾ ਮਤਲਬ ਲੰਗਰ ਤੇ ਬਹੁਤ ਲਾਏ ਛਬੀਲਾਂ ਬਹੁਤ ਲਾਈਆਂ ਪੰਡਾਲ ਬਹੁਤ ਸਜਾਏ ਪਰ ਦੱਸ ਹੀ ਨਹੀਂ ਸਕੇ ਬਾਬਾ ਨਾਨਕ ਹੈ ਕੌਣ ਜੇ ਪਤਾ ਲੱਗ ਜਾਏ ਨਾ ਤੇ ਸਾਰੇ ਕਹਿਣਗੇ ਖਾਲਸ ਹੀ ਹੋ ਜਾਏਗੀ ਖਾਲਸੇ ਦਾ ਮਤਲਬ ਹੈ ਤੇ ਹੋਰ ਕੋਈ ਮਿਲਾਵਟ ਨਹੀਂ ਕੋਈ ਵੱਡਾ ਛੋਟਾ ਨਹੀਂ ਕੋਈ ਗਰੀਬ ਅਮੀਰ ਨਹੀਂ ਅਵਲ ਅੱਲਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗਤ ਭਲਿਆ ਕੌਣ ਭਲੇ ਕੋ ਜੋੜਨ ਦਾ ਕੰਮ ਕੀਤਾ ਮੇਰੇ ਮਾਲਕ ਨੇ ਤੁਸੀਂ ਵੀ ਗਾਓ ਦਾਤਾ ਮੈਂ ਵੀ ਕਿਸੇ ਇੱਕ ਨਾ ਇੱਕ ਨੂੰ ਇੱਕ ਪਰਿਵਾਰ ਨੂੰ ਤੇਰੇ ਚਰਨਾਂ ਨਾਲ ਜੋੜ ਸਕਾਂ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਲਾ ਘਰ ਘਰ ਪ੍ਰਚਾਰਕ ਬਣ ਗਈ ਬਾਬੇ ਨਾਨਕ ਦੀ ਸੋਚ ਇਹ ਸੀ ਕਿ ਮੇਰਾ ਕੀਰਤਨ ਇਕੱਲਾ ਗੁਰਦੁਆਰੇ ਨਾ ਹੋਵੇ ਘਰ ਘਰ ਅੰਦਰ ਕੀਰਤਨ ਹੋਵੇ ਬਾਬੇ ਨਾਨਕ ਦਾ ਘਰ ਘਰ ਬਾਬਾ ਗਾਵੀ ਵੱਜਣ ਤਾਲ ਤੁਹਾਡਾ ਪਿਆਰ ਪਤਾ ਲੱਗ ਜਾਏ ਸਮਾਪਤੀ ਹੈ ਕਰਿਓ ਕਿਰਪਾ ਜੀ ਇੱਕ ਬਾਬਾ ਅਕਾਲ ਗੁਰੂ ਇੱਕ ਬਾਬਾ ਅਕਾਲ ਗੁਰੂ ਸਾਰੇ ਬੋਲੋ ਇੱਕ ਬਾਬਾ ਰਵਿਦਾਸ ਆਸ ਲੱਗਦੀ ਹੋ ਜਿਵੇਂ ਦਰਸ਼ਨ ਦੇ ਆਸ 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 ਲੱਗਦੀ ਹੋ ਕੈਸੀ ਆਸ ਆਸ ਲੱਗਦੀ ਸਮਾਗਮ ਸਾਡੇ 500 ਸਾਲ ਮਨਾਇਆ ਸਫਲਾ ਹੀ ਹੋ ਜਾਏਗਾ ਜੇ ਅੱਜ ਇਹੀ ਅਰਦਾਸ ਕਰਦੇ ਹੋ ਨਾ ਕਿ ਦਾਤਾ ਕੌਮ ਏਕਤਾ ਵਧਾਏ ਕੌਮ ਦੇ ਅੰਦਰ ਇਕੱਤਰਤਾ ਵਧਾਏ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਜ ਹਮ ਕੋ ਵਧਾਈ ਤੇਰੇ ਘਰ ਵਿੱਚ ਜਪਜੀ ਦੇ ਪਾਠ ਤੋਂ ਸ਼ੁਰੂਆਤ ਹੋਵੇ ਨਾ ਅਤੇ ਸਾਡੇ 500 ਸਾਲਾਂ ਮਨਾਇਆ ਪ੍ਰਵਾਨ ਜੇ ਕੇਸਾਂ ਦੀ ਵੇਦ ਵੀ ਕਰਦਾ ਹੈ ਨਾ ਤੇ ਉਹ ਵੀ ਛੱਡਦੇ ਸਾਡੇ 500 ਸਾਲਾਂ ਮਨਾਇਆ ਪਰਵਾਨ ਜੇ ਕਿਸੇ ਤਰ੍ਹਾਂ ਦਾ ਨਸ਼ਾ ਤੇਰੇ ਘਰ ਵਿੱਚ ਆਉਂਦਾ ਹੈ ਉਹ ਛੱਡਦੇ ਸਾਡੇ 500 ਸਾਲਾਂ ਮਨਾਇਆ ਪਰਵਾਨ ਸਤਿਗੁਰੂ ਕਿਸੇ ਨੂੰ ਕਿਸੇ ਦਾ ਆਸਰ ਨਹੀਂ
ਮੈਨੂੰ ਤੇਰੇ ਚਰਨਾਂ ਦਾ ਹੀ ਆਸਰਾ ਹੈ। ਪੜ੍ਹੋ ਸਾਰੇ ਫਿਰ ਸਮਾਪਤੀ ਹੈ। ਆਸ ਲਗ ਜੀਵੋ, ਆਸ ਲਗ ਜੀਵੋ, ਆਸ ਲਗ ਜੀਵੋ, ਆਸ ਲਗ ਜੀਵੋ, ਆਸ ਕਿਰਪਾ ਕਰੇ ਊੜਾ ਤੇ ਜੂੜਾ ਸਾਡੀ ਛੋਲੀ ਵਿੱਚ ਪਾਈ ਰੱਖੇ। ਫੁੱਲਾਂ ਚੁੱਕਾਂ ਦੀ ਖੀਮਾ ਵਾਹਿਗੁਰੂ ਜੀ ਕਾ।